ਗਵਾਹਾਂ ਮਾਰ ਮਾਰ ਕੇ ਰੋ ਰਹੀਆਂ ਔਰਤਾਂ ਉਹ ਨੇ ਜਿਨ੍ਹਾਂ ਦੇ ਨੌਜਵਾਨ ਲੜਕੇ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਕੁੱਝ ਨਿਹੰਗ ਸਿੰਘਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਲੜਕੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਦੱਸ ਦਈਏ ਕਿ ਕੁੱਝ ਨਿਹੰਗ ਨਸ਼ਾ ਛਡਾਊ ਕੇਂਦਰ ਚਲਾ ਰਹੇ ਸੀ। ਅਕਸਰ ਪਿੰਡਾਂ ਦੇ ਵਿੱਚ ਜਾ ਕੇ ਜੋ ਨੌਜਵਾਨ ਨਸ਼ੇ ਦੇ ਵਿੱਚ ਗੁਲਤਾਨ ਹੁੰਦੇ ਸੀ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੇ ਸੀ। ਤਾਂ ਇਹ ਨੌਜਵਾਨ ਆ ਜਿਹੜਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ, ਇਸ ਨੂੰ ਨਿਹੰਗ ਸਿੰਘ ਆਪਣੇ ਨਾਲ ਲੈ ਗਏ। ਤਾਂ ਦੋਸ਼ ਇਹ ਲੱਗੇ ਨੇ ਕਿ ਨਿਹੰਗ ਸਿੰਘ ਨੇ ਇਸ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 3 ਨਿਹੰਗ ਸਿੰਘਾਂ ਦੇ ਖਿਲਾਫ ਪਰਚਾ ਦਰਜ ਕੀਤਾ। ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪੱਤੋਂ ਹੀਰਾ ਸਿੰਘ ਵਿਖੇ ਇਹ ਘਟਨਾ ਹੋਈ। ਮ੍ਰਿਤਕ ਲੜਕੇ ਦੇ ਭਰਾ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਨਿਹੰਗ ਸਿੰਘਾਂ ਦੇ ਖਿਲਾਫ ਪਰਚਾ ਦਰਜ ਕੀਤਾ। ਨੌਜਵਾਨ ਨਵਦੀਪ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਪਿੰਡ ਮਿਨੀਆ ਦਾ ਇਹ ਰਹਿਣ ਵਾਲਾ ਸੀ। ਸੋ ਦੱਸ ਦਈਏ ਕਿ ਨਿਹੰਗ ਜਥੇਬੰਦੀ ਆ ਇੱਕ ਉਹ ਨਸ਼ਾ ਛੁਡਾਊ ਕੇਂਦਰ ਚਲਾ ਰਹੀ ਹੈ ਇੱਕ ਡੇਰੇ ਦੇ ਵਿੱਚ। ਅਕਸਰ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਜਾਂਦੇ ਨੇ ਜੋ ਨਸ਼ੇ ਦੇ ਵਿੱਚ ਡੁੱਬੇ ਹੁੰਦੇ ਨੇ। ਤਾਂ ਜਦੋਂ ਪਿੰਡ ਮਿਨੀਆ ਦੇ ਵਿੱਚ ਪਹੁੰਚੇ ਤਾਂ ਇੱਕ ਨੌਜਵਾਨ ਉਹਨਾਂ ਨੂੰ ਮਿਲਿਆ ਜੋ ਨਸ਼ਾ ਕਰਦਾ ਸੀ, ਨਸ਼ੇ ਦੇ ਵਿੱਚ ਧੁੱਤ ਸੀ। ਤਾਂ ਇਹ ਨਿਹੰਗ ਸਿੰਘ ਉਸ ਨੂੰ ਆਪਣੇ ਨਾਲ ਲੈ ਗਏ, ਡੇਰੇ ਦੇ ਵਿੱਚ ਰੱਖਿਆ ਗਿਆ। ਤਾਂ ਉਸ ਨੌਜਵਾਨ ਦੇ ਵੱਲੋਂ ਕਈ ਵਾਰ ਆਪਣੇ ਭਰਾ ਦੇ ਨਾਲ ਗੱਲ ਸਾਂਝੀ ਕੀਤੀ ਗਈ ਕਿ ਨਿਹੰਗ ਸਿੰਘ ਉਸ ਨੂੰ ਬੁਰੇ ਤਰੀਕੇ ਨਾਲ ਕੁੱਟਦੇ ਨੇ, ਪਰ ਉਸਦੇ ਭਰਾ ਨੇ ਯਕੀਨ ਨਹੀਂ ਕੀਤਾ। ਉਸਨੇ ਸੋਚਿਆ ਕਿ ਨਸ਼ਾ ਕਰਦਾ ਝੂਠ ਬੋਲਦਾ ਹੋਵੇਗਾ, ਪਰ ਉਸ ਨੌਜਵਾਨ ਨੂੰ ਹੁਣ ਕੁੱਟ ਕੁੱਟ ਕੇ ਮਾਰ ਦਿੱਤਾ। ਇਹ ਮ੍ਰਿਤਕ ਦੇ ਭਰਾ ਦੇ ਇਲਜ਼ਾਮ ਨੇ ਉਸਨੇ FIR ਦਰਜ ਕਰਵਾਈ। ਸੋ ਪੁਲਿਸ ਨੇ 3 ਨਿਹੰਗ ਸਿੰਘਾਂ ਦੇ ਖਿਲਾਫ ਹੁਣ ਪਰਚਾ ਦਰਜ ਕੀਤਾ। ਲਾਸ਼ ਨੂੰ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸਦਾ ਪੋਸਟਮਾਰਟਮ ਹੋਵੇਗਾ। ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪੱਤੋ ਹੀਰਾ ਸਿੰਘ ਦਾ ਇਹ ਮਾਮਲਾ ਹੈ। ਧਾਹਾਂ ਮਾਰ ਮਾਰ ਕੇ ਰੋ ਰਹੀਆਂ ਔਰਤਾਂ ਉਹ ਨੇ ਜਿਨ੍ਹਾਂ ਦੇ ਨੌਜਵਾਨ ਲੜਕੇ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਕੁੱਝ ਨਿਹੰਗ ਸਿੰਘਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਲੜਕੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਦੱਸ ਦਈਏ ਕਿ ਕੁੱਝ ਨਿਹੰਗ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸੀ। ਅਕਸਰ ਪਿੰਡਾਂ ਦੇ ਵਿੱਚ ਜਾ ਕੇ ਜੋ ਨੌਜਵਾਨ ਨਸ਼ੇ ਦੇ ਵਿੱਚ ਗੁਲਤਾਨ ਹੁੰਦੇ ਸੀ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੇ ਸੀ। ਤਾਂ ਇਹ ਨੌਜਵਾਨ ਆ ਜਿਹੜਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ, ਇਸ ਨੂੰ ਨਿਹੰਗ ਸਿੰਘ ਆਪਣੇ ਨਾਲ ਲੈ ਗਏ। ਤਾਂ ਦੋਸ਼ ਇਹ ਲੱਗੇ ਨੇ ਕਿ ਨਿਹੰਗ ਸਿੰਘ ਨੇ ਇਸ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 3 ਨਿਹੰਗ ਸਿੰਘਾਂ ਦੇ ਖਿਲਾਫ ਪਰਚਾ ਦਰਜ ਕੀਤਾ। ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪੱਤੋਂ ਹੀਰਾ ਸਿੰਘ ਵਿਖੇ ਇਹ ਘਟਨਾ ਹੋਈ। ਮ੍ਰਿਤਕ ਲੜਕੇ ਦੇ ਭਰਾ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਨਿਹੰਗ ਸਿੰਘਾਂ ਦੇ ਖਿਲਾਫ ਪਰਚਾ ਦਰਜ ਕੀਤਾ। ਨੌਜਵਾਨ ਨਵਦੀਪ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਪਿੰਡ ਮਿਨੀਆ ਦਾ ਇਹ ਰਹਿਣ ਵਾਲਾ ਸੀ। ਸੋ ਦੱਸ ਦਈਏ ਕਿ ਨਿਹੰਗ ਜਥੇਬੰਦੀ ਆ ਇੱਕ ਉਹ ਨਸ਼ਾ ਛੁਡਾਊ ਕੇਂਦਰ ਚਲਾ ਰਹੀ ਹੈ ਇੱਕ ਡੇਰੇ ਦੇ ਵਿੱਚ। ਅਕਸਰ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਜਾਂਦੇ ਨੇ ਜੋ ਨਸ਼ੇ ਦੇ ਵਿੱਚ ਡੁੱਬੇ ਹੁੰਦੇ ਨੇ। ਤਾਂ ਜਦੋਂ ਪਿੰਡ ਮਿਨੀਆ ਦੇ ਵਿੱਚ ਪਹੁੰਚੇ ਤਾਂ ਇੱਕ ਨੌਜਵਾਨ ਉਹਨਾਂ ਨੂੰ ਮਿਲਿਆ ਜੋ ਨਸ਼ਾ ਕਰਦਾ ਸੀ, ਨਸ਼ੇ ਦੇ ਵਿੱਚ ਧੁੱਤ ਸੀ। ਤਾਂ ਇਹ ਨਿਹੰਗ ਸਿੰਘ ਉਸ ਨੂੰ ਆਪਣੇ ਨਾਲ ਲੈ ਗਏ, ਡੇਰੇ ਦੇ ਵਿੱਚ ਰੱਖਿਆ ਗਿਆ। ਤਾਂ ਉਸ ਨੌਜਵਾਨ ਦੇ ਵੱਲੋਂ ਕਈ ਵਾਰ ਆਪਣੇ ਭਰਾ ਦੇ ਨਾਲ ਗੱਲ ਸਾਂਝੀ ਕੀਤੀ ਗਈ ਕਿ ਨਿਹੰਗ ਸਿੰਘ ਉਸ ਨੂੰ ਬੁਰੇ ਤਰੀਕੇ ਨਾਲ ਕੁੱਟਦੇ ਨੇ,
ਪਰ ਉਸਦੇ ਭਰਾ ਨੇ ਯਕੀਨ ਨਹੀਂ ਕੀਤਾ। ਉਸਨੇ ਸੋਚਿਆ ਕਿ ਨਸ਼ਾ ਕਰਦਾ ਝੂਠ ਬੋਲਦਾ ਹੋਵੇਗਾ, ਪਰ ਉਸ ਨੌਜਵਾਨ ਨੂੰ ਹੁਣ ਕੁੱਟ ਕੁੱਟ ਕੇ ਮਾਰ ਦਿੱਤਾ। ਇਹ ਮ੍ਰਿਤਕ ਦੇ ਭਰਾ ਦੇ ਇਲਜ਼ਾਮ ਨੇ ਉਸਨੇ FIR ਦਰਜ ਕਰਵਾਈ। ਸੋ ਪੁਲਿਸ ਨੇ ਤਿੰਨ ਨਿਹੰਗ ਸਿੰਘਾਂ ਦੇ ਖਿਲਾਫ ਹੁਣ ਪਰਚਾ ਦਰਜ ਕੀਤਾ। ਲਾਸ਼ ਨੂੰ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸਦਾ ਪੋਸਟਮਾਰਟਮ ਹੋਵੇਗਾ। ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪੱਤੋ ਹੀਰਾ ਸਿੰਘ ਦਾ ਇਹ ਮਾਮਲਾ ਹੈ।